ਜਿਹੜਾ ਮੁੱਦਾ ਰਾਜੀ ਜਿਹੜਾ ਅੱਜ ਤਨਖਾਈਆਂ ਡਿਕਲੇਅਰ ਕਰਨਾ ਤੇ ਹੋਰ ਜੀ ਜੀ ਇਹ ਐਕਚੁਅਲੀ ਤਾਂ ਲੈਜੀਟੀਮੇਸੀ ਬਿਲਡ ਕਰਨਾ ਚਾਹੁੰਦੇ ਆ ਥਰੂ ਦੀ ਪ੍ਰੋਸੀਜਰਸ ਜੀ ਜਿਹੜੇ ਗੁਨਾਹ ਕੀਤੇ ਆ ਉਹ ਬੱਜਰ ਨੇ ਉਹ ਜਿਹੜੀ ਕੌਮ ਹੈ ਨਾ ਜੀ ਉਹ ਨੋ ਡਾਊਟ ਰਿਪ੍ਰੈਜ਼ੈਂਟ ਕਰਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਬਾਕੀ ਜੀ ਜੀ ਲੇਕਿਨ ਉਹਨਾਂ ਦੀ ਜਿਹੜੀ ਟਰੂ ਫੀਲਿੰਗ ਹੈ ਕੌਮ ਦੀ ਜਾਂ ਸਿੱਖ ਪੰਥ ਦੀ ਜਾਂ ਸਿੱਖ ਨਾਨਕ ਨਾਮ ਲੇਵਾ ਆਪਣੇ ਲੋਕਾਂ ਦੀ ਉਹ ਇਸ ਚ ਰਿਫਲੈਕਟ ਨਹੀਂ ਹੁੰਦੀ ਕਿਉਂਕਿ ਤਰੀਕਾ ਹੈ ਪ੍ਰੋਸੀਜਰ ਨੂੰ ਫੋਲੋ ਕਰ ਰਹੇ ਵੀ ਆਪਾਂ ਕਾਰਜਕਾਰੀ ਬਣ ਜਾਂਗੇ ਹੁਣ ਤੁਸੀਂ ਤਨਖਾਹੀ ਡਿਕਲੇਅਰ ਹੋ ਜਾਓਗੇ ਉਸ ਤੋਂ ਬਾਅਦ ਤੁਸੀਂ ਨੁਮਾਇੰਦੇ ਸਿੱਖ ਦੀ ਤਰ੍ਹਾਂ ਪੇਸ਼ ਹੋ ਜਾਓਗੇ ਫਿਰ ਤੁਹਾਨੂੰ ਜਿਹੜਾ ਦੁਬਾਰਾ ਤੁਸੀਂ ਜਿੰਨੇ ਗੁਨਾਹ ਕੀਤੇ ਆ ਉਹ ਸਭ ਤੇ ਮਾਫ਼ੀ ਹੋ ਜਾਏਗੀ ਦੇਖੋ ਇਹ ਇਹ ਜਿਹੜਾ ਜਿਹੜੇ ਗੁਨਾਹ ਨੇ ਨਾ ਇਹ ਮਾਫ਼ ਕੀਤੇ ਜਾਣ ਵਾਲੇ ਨਹੀਂ ਹੈ ਜਿਹੜੇ ਤੇ ਇਹ ਬਾਕੀ ਤਾਂ ਪੰਥ ਮੰਨੇਗਾ ਵੀ ਉਹ ਆਪਣੀ ਡਿਸੀਜਨ ਦੇਗਾ ਵੀ ਇਹ ਇਹਨਾਂ ਦਾ ਦੁਬਾਰਾ ਰਿਹੈਬਲੀਟੇਸ਼ਨ ਦੇਖੋ ਇਹ ਕੋਈ ਰਿਲੀਜੀਅਸ ਰਿਹੈਬਲੀਟੇਸ਼ਨ ਘੱਟ ਹੈ ਇਹ ਪੋਲੀਟੀਕਲ ਰਿਹੈਬਲੀਟੇਸ਼ਨ ਵੱਲ ਜ਼ਿਆਦਾ ਧਿਆਨ ਦੇ ਰਹੇ ਹੈ ਕਿਉਂਕਿ ਅਸਲ ਜੇ ਅਸਲ ਵਿੱਚ ਬੰਦਾ ਆਪਣੇ ਰਿਲੀਜਨ ਦੇ ਦਿਲ ਤੋਂ ਮੰਨਦਾ ਹੁੰਦਾ ਨਾ ਤੇ ਉਹਨੇ ਉਦੋਂ ਹੀ 2000 ਜਦੋਂ ਇਹ ਹੋਈਆਂ ਸੀ ਗਲਤੀਆਂ ਉਹਨੇ ਛੱਡ ਦੇਣਾ ਸੀ ਰਾਜਪਾਲ ਕਿਉਂਕਿ ਜਦੋਂ ਕੋਈ ਏਡੀ ਵੱਡੀ ਗਲਤੀ ਹੋ ਜੇ ਹੈ ਨਾ ਬੇਅਦਬੀ ਹੋ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਹੋਰ ਚੀਜ਼ਾਂ ਜਦੋਂ ਕਿ ਤੁਸੀਂ ਉਸ ਅਦਾਰੇ ਤੋਂ ਆਵੋ ਉਸ ਸੰਸਥਾ ਤੋਂ ਆਵੇ ਜਿਹੜੀ ਕਿ ਉਹਦੇ ਸਾਂਭ ਸੰਭਾਈ ਉਹਦੀ ਰਕਸ਼ਾ ਕਰਨ ਤੇ ਉਹਨੂੰ ਮੰਨਣ ਵਾਲੀ ਹੋਵੇ ਜਿਹੜੇ ਜਿਹੜੇ ਤੋਂ ਤੁਸੀਂ ਉਪਜੇ ਹੋ ਠੀਕ ਹੈ ਜਿਹਨੂੰ ਤੁਸੀਂ ਆਪਣਾ ਮਹਾਨ ਗੁਰੂ ਮੰਨਦੇ ਹੋ ਉਹਦੇ ਕਰਕੇ ਹੀ ਤੁਸੀਂ ਸੱਤਾ ਚ ਆਏ ਹੋ ਤਾਂ ਇਹ ਇੱਕ ਚੀਜ਼ ਬੜੀ ਕਲੀਅਰ ਹੈ ਵੀ ਇਹਨਾਂ ਦੀ ਰਿਹੈਬਲੀਟੇਸ਼ਨ ਮੈਨੂੰ ਨੇੜੇ ਦੇ ਸੰਦਰਭ ਦੇ ਵਿੱਚ ਕੋਈ ਨਜ਼ਰ ਨਹੀਂ ਆਉਂਦੀ ਹਾਂ ਜਿਹੜਾ ਆਪਣਾ ਸਿੱਖ ਪੰਥ ਹੈ ਜਾਂ ਲੋਕ ਨੇ ਜਿਹੜੇ ਪੰਜਾਬੀ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਚ ਵਿਸ਼ਵਾਸ ਰੱਖਦੇ ਨੇ ਗੁਰੂ ਗ੍ਰੰਥ ਸਾਹਿਬ ਚ ਆਸਥਾ ਰੱਖਦੇ ਨੇ ਉਹ ਬੜੇ ਫਰਾਕਦਿਲ ਨੇ ਉਹ ਮੰਨਣਗੇ ਪਰ ਜਦੋਂ ਤੱਕ ਇੱਕ ਇਹ ਜਿਹੜੀਆਂ ਬੱਜਰ ਗਲਤੀਆਂ ਹਨ ਇਹ ਮਾਫ਼ ਨਹੀਂ ਕੀਤੀਆਂ ਜਾਣੀਆਂ ਮੇਰੇ ਖਿਆਲ ਦੇ ਵਿੱਚ ਬਾਕੀ ਅੱਗੇ ਸਮਾਜ ਜਿਹੜਾ ਸਿੱਖ ਪੰਥ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਮੰਨਣ ਵਾਲੇ ਇਹਨਾਂ ਨੂੰ ਕਿਵੇਂ ਦੇਖਦੇ ਆ ਕਿਉਂਕਿ ਉਹ ਤਾਂ ਇੱਕ ਵਾਰੀ ਇੱਕ ਟੈਸਟ ਹੋਏਗਾ ਇਹਨਾਂ ਦਾ ਪਰ ਜਸਟ ਪਰ ਕਰਨਲ ਗਿੱਲ ਦੇਖੋ ਬੱਜਰ ਗੁਨਾਹ ਵੀ ਜੇ ਹੋਣ ਤੇ ਜੇ ਵਾਕਈ ਬੰਦਾ ਸਹੀ ਮਾਇਨਿਆਂ 'ਚ ਇਮਾਨਦਾਰੀ ਨਾਲ ਆਪਣੇ ਹੋਸ਼ੋ ਹਬਾਬ 'ਚ ਪਛਤਾਤਾਪ ਕਰੇ ਔਰ ਵਾਕਈ ਇੱਕ ਲੱਗੇ ਲੋਕਾਂ ਨੂੰ ਕਿ ਇਹ ਵਾਕਈ ਜੀ ਇਹਨੂੰ ਤੇ ਇਹ ਤੇ ਬਿਲਕੁਲ ਲਾਲਚ ਲੂਚ ਛੱਡ ਕੇ ਇਹ ਤੇ ਮਾਫ਼ੀ ਦੇ ਰਾਹ 'ਤੇ ਆ ਅਤੇ ਆਪਣੇ ਆਪ ਨੂੰ ਸੁਧਾਰਨ ਦੇ ਰਾਹ 'ਤੇ ਆ ਅਤੇ ਲੋਕ ਐਕਸੈਪਟ ਵੀ ਕਰ ਲੈਂਦੇ ਇਹੋ ਜਿਹੀ ਗੱਲ ਨਹੀਂ ਮੇਰੇ ਖਿਆਲ ਕਹਿੰਦੇ ਨੇ ਬੜੀ ਦੇਰ ਕਰਦੀ ਮਿਹਰਬਾਨ ਤੇ ਆ ਕੇ ਇਹਨਾਂ ਦੀ ਦੇਰ ਬੜੀ ਹੋਈ ਹੈ ਜਦੋਂ ਆਪਾਂ ਬਿਲਕੁਲ ਲੈਜੀਟੀਮੇਸੀ ਖੋ ਬੈਠੇ ਨਾ ਲੋਕਾਂ ਦੇਖੋ ਪਹਿਲਾਂ ਸੋ ਅਟੋਨਮੈਂਟ ਵੀ ਉਸੇ ਹਿਸਾਬ ਦੀ ਅਟੋਨਮੈਂਟ ਵੀ ਉਸੇ ਹਿਸਾਬ ਦੀ ਹੋਣੀ ਚਾਹੀਦੀ ਪਤਾ ਨਹੀਂ ਅਟੋਨਮੈਂਟ ਦਾ ਪੰਜਾਬੀ ਵਰਡ ਐਗਜ਼ੈਕਟਲੀ ਕੀ ਹੋਊਗਾ ਅਟੋਨਮੈਂਟ ਵੀ ਉਸੇ ਹਿਸਾਬ ਦਾ ਪਛਤਾਵ ਕੀ ਹੈ ਪਛਤਾਵ ਵੀ ਉਸੇ ਹਿਸਾਬ ਦਾ ਹੀ ਹੋਵੇ ਫਿਰ ਹਾਂ ਉਹਨਾਂ ਵੱਡਾ ਹੋਣਾ ਚਾਹੀਦਾ ਤੇ ਮੇਰੇ ਖਿਆਲ ਕਈ ਚੀਜ਼ਾਂ 'ਚ ਇਹਨਾਂ ਨੂੰ ਦੂਰ ਹੋ ਜਾਣਾ ਚਾਹੀਦਾ ਸਮਾਜ ਸੇਵਾ ਕਰਨੀ ਚਾਹੀਦੀ ਹੈ ਜਿਹੜੀਆਂ ਆਪਣੇ ਜਿੰਨੀ ਜ਼ਿੰਦਗੀ ਬਚੀ ਹੈ ਵਧੀਆ ਇਹ ਇਹਨਾਂ ਕੋਲ ਪੈਸਾ ਹੈਗਾ ਤੇ ਬੀਬੀਆਂ ਨੂੰ ਪੜ੍ਹਾਉਣ ਹੋਰ ਕੰਮ ਕਰਨ ਤੇ ਜਦੋਂ ਲੋਕ ਐਕਸੈਪਟ ਕਰਨਗੇ ਉਹਨਾਂ ਨੂੰ ਅੱਗੇ ਬੁਲਾ ਲੈਣਗੇ ਅੱਗੇ ਭਾਈ ਤੂੰ ਬਹੁਤ ਸਮਾਜਿਕ ਕੰਮਾਂ ਚ ਪੈਣਾ ਚਾਹੀਦਾ ਸਮਾਜਿਕ ਲੋਕ ਕੰਮਾਂ ਚ ਪੈਣਾ ਚਾਹੀਦਾ ਮਿਹਰਬਾਨੀ ਥੈਂਕ ਯੂ ਜਸ ਥੈਂਕ ਯੂ